ਮੇਰਾ ਨਾਮ ਸ਼ਰਨਦੀਪ ਸਿੰਘ ਹੈ। ਮੇਰੇ ਪਿਤਾ ਦਾ ਨਾਮ ਨਿਰਮਲ ਸਿੰਘ ਹੈ ਅਤੇ ਮੇਰਾ ਪਿੰਡ ਖਾਨਪੁਰ ਜ਼ਿਲ੍ਹਾ ਲੁਧਿਆਣਾ ਅਤੇ ਹਾਲ ਵਾਸੀ ਕਨੇਡਾ ਹਾਂ ਅਤੇ ਮੈਂ ਕਨੇਡੀਅਨ ਸਿਟੀਜ਼ਨ ਵੀ ਹਾਂ। ਤੁਸੀਂ ਪਿਛਲੇ ਇੱਕ ਦੋ ਦਿਨ ਤੋਂ ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਦੇਖੀ ਹੋਵੇਗੀ ਜਿਸ ਵਿੱਚ ਇੱਕ ਕੁੜੀ ਜਸਵੀਰ ਸਿੰਘ ਅਤੇ ਸਾਥੀਆਂ ਨਾਲ ਜ਼ਮੀਨੀ ਮਸਲੇ ਨੂੰ ਲੈ ਕੇ ਲੜਾਈ ਝਗੜਾ ਕਰ ਰਹੀ ਹੈ। ਅਸਲ ਵਿੱਚ ਉਹ ਕੁੜੀ ਰਿਸ਼ਤੇ ਵਜੋਂ ਮੇਰੀ ਭੈਣ ਲੱਗਦੀ ਹੈ। ਸਾਡੀ ਮਾਂ ਇੱਕ ਸੀ ਅਤੇ ਪਿਤਾ ਅਲੱਗ ਅਲੱਗ ਸਨ ਅਤੇ ਇਸ ਕੁੜੀ ਦਾ ਨਾਮ ਜਸਪ੍ਰੀਤ ਕੌਰ ਹੈ। ਜਸਪ੍ਰੀਤ ਕੌਰ ਨੇ ਖਾਨਪੁਰ ਪਿੰਡ ਵਿੱਚ ਸੇਮ ਗੋਤ ਵਿੱਚ ਹੀ ਵਿਆਹ ਕਰਵਾਇਆ ਹੋਇਆ ਹੈ ਜਿਸ ਦੇ ਚੱਲਦੇ ਸਾਡੀ ਆਪਸੀ ਬੋਲਚਾਲ ਬਿਲਕੁਲ ਬੰਦ ਹੈ ਅਤੇ ਇਸਦੇ ਘਰ ਵਾਲੇ ਦਾ ਨਾਮ ਅੰਮ੍ਰਿਤਪਾਲ ਸਿੰਘ ਹੈ ਅਤੇ ਮੈਨੂੰ ਇਹ ਕਹਿੰਦੇ ਨੂੰ ਬੜਾ ਦੁੱਖ ਲੱਗਦਾ ਹੈ ਕਿ ਜਸਪ੍ਰੀਤ ਕੌਰ ਇੱਕ ਚਾਲਬਾਜ਼ ਅਤੇ ਇੱਕ ਧੋਖੇਬਾਜ਼ ਔਰਤ ਹੈ ਕਿਉਂਕਿ 14 ਸਾਲ ਪਹਿਲਾਂ ਮਾਂ ਦੀ ਮੌਤ ਤੋਂ ਬਾਅਦ ਜਸਪ੍ਰੀਤ ਕੌਰ ਸਾਰੀ ਜ਼ਮੀਨ ਧੋਖੇ ਨਾਲ ਆਪਣੇ ਨਾਮ ਕਰਵਾ ਲੈਂਦੀ ਹੈ ਅਤੇ ਬਾਅਦ ਵਿੱਚ ਮੈਨੂੰ ਜਸਪ੍ਰੀਤ ਕੌਰ 'ਤੇ ਕੋਰਟ ਕੇਸ ਕਰਨਾ ਪੈਂਦਾ ਅਤੇ ਕੋਰਟ ਕੇਸ ਕਰਕੇ ਜਸਪ੍ਰੀਤ ਕੌਰ ਮੈਨੂੰ 39 ਕਨਾਲ ਜ਼ਮੀਨ ਦਾ ਹਿੱਬਾ ਕਰਾਉਂਦੀ 2016 ਵਿੱਚ ਅਤੇ ਮਈ 2024 ਨੂੰ ਉਸੇ 39 ਕਨਾਲ ਦੀ ਰਜਿਸਟਰੀ ਮੈਂ ਜਸਵੀਰ ਸਿੰਘ ਨੂੰ ਕਰਵਾ ਦਿੰਦਾ। ਜਿਹੜਾ ਬੰਦਾ ਜ਼ਮੀਨ ਠੇਕੇ 'ਤੇ ਵਾਹੁੰਦਾ ਸੀ ਅਤੇ ਉਸਨੂੰ ਮੈਂ ਜ਼ਮੀਨ ਖਾਲੀ ਛੱਡਣ ਲਈ ਕਹਿਣਾ ਅਤੇ ਖਾਲੀ ਜ਼ਮੀਨ ਦਾ ਕਬਜ਼ਾ ਜਸਵੀਰ ਸਿੰਘ ਨੂੰ ਦੇ ਦਿੰਦਾ। ਜਿਹੜੇ ਜਸਪ੍ਰੀਤ ਕੌਰ ਦੇ ਨੰਬਰ ਹਨ ਉਹ ਵੱਖਰੇ ਹਨ, ਮੇਰੇ ਨੰਬਰ ਵੱਖਰੇ ਸੀ। ਕੋਈ ਲੜਾਈ ਝਗੜਾ ਨਹੀਂ ਸੀ, ਕੋਈ ਰੌਲਾ ਨਹੀਂ ਸੀ। ਸਾਰੀ ਰਜਿਸਟਰੀ ਮਾਲ ਰਿਕਾਰਡ ਮੁਤਾਬਕ ਹੀ ਹੁੰਦੀ ਹੈ ਅਤੇ ਇਸ ਵਿੱਚ ਕੋਈ ਵੀ ਗਲਤੀ ਨਹੀਂ, ਸਭ ਕੁਝ ਦਰੁਸਤ ਹੈ। ਅਤੇ ਜਿਹੜੀ ਰਜਿਸਟਰੀ ਜਸਪ੍ਰੀਤ ਮੈਨੂੰ 2016 ਵਿੱਚ ਕਰਵਾਉਂਦੀ ਹੈ ਉਸੇ ਰਜਿਸਟਰੀ ਤੋਂ ਸੇਮ ਅੱਗੇ ਰਜਿਸਟਰੀ ਮੈਂ ਜਸਵੀਰ ਸਿੰਘ ਨੂੰ ਕਰਵਾ ਦਿੰਦਾ। ਜਦੋਂ ਤੱਕ ਤਾਂ ਮੈਂ ਪੰਜਾਬ ਸੀ ਤਦ ਤੱਕ ਕੋਈ ਕੁਝ ਨਹੀਂ ਬੋਲਿਆ, ਪਰ ਜਦੋਂ ਮੈਂ ਵਾਪਸ ਕੈਨੇਡਾ ਆ ਜਾਂਦਾ ਅਤੇ ਜਸਵੀਰ ਸਿੰਘ ਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਂਦੇ ਕਿਉਂਕਿ ਜਦੋਂ ਜਸਵੀਰ ਆਪਣਾ ਖੇਤ ਵਾਹੁਣ ਜਾਂਦਾ ਤਾਂ ਇਹ ਉਸਨੂੰ ਆ ਕੇ ਰੋਕਦੀ ਅਤੇ ਇਸ ਵਿੱਚ ਉਸਦਾ ਘਰ ਵਾਲਾ ਵੀ ਨਾਲ ਸੀ ਅਤੇ ਇਸ ਸੰਬੰਧੀ ਸ਼ਿਕਾਇਤ ਡੇਲੋਂ ਥਾਣੇ ਕੀਤੀ ਗਈ, ਪਰ ਇੱਕ NRI ਅਤੇ ਇੱਕ ਲੇਡੀ ਹੋਣ ਕਰਕੇ ਪ੍ਰਸ਼ਾਸਨ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਜਿਵੇਂ ਕਿ ਤੁਸੀਂ ਇੱਕ ਵੀਡੀਓ ਵਿੱਚ ਦੇਖਿਆ ਹੋਵੇਗਾ ਕਿ ਜਸਵੀਰ ਸਿੰਘ ਆਪਣੇ ਖਰੀਦੇ ਹੋਏ ਨੰਬਰਾਂ ਵਿੱਚ ਟਰੈਕਟਰ ਲਿਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜਸਪ੍ਰੀਤ ਉਸਨੂੰ ਅੱਗਿਓਂ ਆ ਕੇ ਰੋਕਦੀ ਹੈ, ਪਰ ਜਸਵੀਰ ਸਿੰਘ ਨੇ ਟਰੈਕਟਰ ਪਿੱਛੇ ਮੋੜਿਆ ਅਤੇ ਰੋਕ ਲਿਆ ਅਤੇ ਕਿਹਾ ਆਪਾਂ ਬੈਠ ਕੇ ਗੱਲ ਕਰ ਲੈਂਦੇ ਹਾਂ, ਜੋ ਕਿ ਵੀਡੀਓ ਵਿੱਚ ਸਾਫ਼ ਸੁਣਾਈ ਦਿੰਦਾ ਹੈ। ਪਰ ਜਸਪ੍ਰੀਤ ਉਸਦੇ ਘਰ ਵਾਲੇ ਅਤੇ ਸਾਥੀਆਂ ਨੇ ਮਿਲ ਕੇ ਜਸਵੀਰ ਸਿੰਘ 'ਤੇ ਹਮਲਾ ਕਰ ਦਿੱਤਾ। ਜਸਪ੍ਰੀਤ ਇੱਕ ਲੇਡੀ ਅਤੇ ਇੱਕ NRI ਹੋਣ ਦਾ ਫਾਇਦਾ ਚੱਕ ਰਹੀ ਹੈ ਅਤੇ ਤੰਗ ਪਰੇਸ਼ਾਨ ਕਰ ਰਹੀ ਹੈ ਅਤੇ ਝੂਠੇ ਇਲਜ਼ਾਮ ਲਾ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਆ ਕੇ ਝੂਠ ਤੂਫਾਨ ਬੋਲ ਰਹੀ ਹੈ। ਆਪਣੀ ਭੈਣ ਦੀਆਂ ਇਹਨਾਂ ਗੱਲਾਂ ਕੁਝ ਗੱਲਾਂ ਕਰਕੇ ਮੈਂ ਆਪਣੇ ਪਿੰਡ ਵਾਲੀ ਜ਼ਮੀਨ ਵੇਚ ਦਿੱਤੀ ਹੈ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਜੇਕਰ ਇਹ ਇਸੇ ਤਰ੍ਹਾਂ ਬਲੈਕਮੇਲ ਜਾਂ ਤੰਗ ਪਰੇਸ਼ਾਨ ਕਰੇਗੀ ਤਾਂ ਮੈਂ ਆਪਣੀ ਰਹਿੰਦੀ ਜ਼ਮੀਨ ਅਤੇ ਪਿੰਡ ਵਾਲਾ ਘਰ ਵੇਚ ਕੇ ਪੰਜਾਬ ਕਦੇ ਵਾਪਸ ਨਹੀਂ ਆਵਾਂਗਾ। ਜੇਕਰ ਕਿਸੇ NRI ਜਾਂ ਸਿਟੀਜ਼ਨ ਨਾਲ ਇਸੇ ਤਰ੍ਹਾਂ ਜ਼ਮੀਨ ਖਰੀਦਣ ਵੇਚਣ ਵੇਲੇ ਉਹਨਾਂ ਨੂੰ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਕੋਈ ਵੀ ਪੰਜਾਬ 'ਚ ਇਨਵੈਸਟ ਨਹੀਂ ਕਰਨਾ ਚਾਹੇਗਾ ਅਤੇ ਨਾ ਹੀ ਪੰਜਾਬ ਵਾਪਸ ਆਉਣਾ ਚਾਹੇਗਾ। ਅਤੇ ਜਿਹੜਾ ਜਸਵੀਰ ਸਿੰਘ ਉਹ ਬਹੁਤ ਵਧੀਆ ਨੇਕ ਇਨਸਾਨ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲਾ ਵਿਅਕਤੀ ਹੈ ਅਤੇ ਜਸਪ੍ਰੀਤ ਕੌਰ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਜਸਪ੍ਰੀਤ ਕੌਰ ਆਪ ਗਲਤ ਹੈ। ਮੇਰੀ ਹੱਥ ਜੋੜ ਕੇ ਪੰਜਾਬ ਸਰਕਾਰ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਸਾਰਾ ਮਾਲ ਰਿਕਾਰਡ ਚੈੱਕ ਕਰਕੇ ਦੋਸ਼ੀ ਜਸਪ੍ਰੀਤ ਕੌਰ ਅਤੇ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ।